ਨਜ਼ਰ ਪੇਸ਼ ਹੈ। ਰਸਤਿਆਂ ਦੀ ਹੋਣੀ ਨੇ ਜਾਂ ਪੁੱਜਣਾ ਸ਼ਮਸ਼ਾਨ 'ਤੇ, ਅੰਬੀਆਂ ਦੀ ਖੈਰ ਹੈ ਬਸ ਦੋ ਧਿਆਨ ਦੇ ਆਣ ਦੀ, ਸਾਹਾਂ ਦੀ ਸਰਗਮ ਕਦੋਂ ਤੱਕ ਚੱਲਣੀ ਹੈ ਕੀ ਪਤਾ, ਸਾਹਾਂ ਦੀ ਸਰਗਮ ਕਦੋਂ ਤੱਕ ਚੱਲਣੀ ਹੈ ਕੀ ਪਤਾ, ਇਲਮ ਇੰਨਾ ਹੈ ਨਹੀਂ ਰੁਕਦੀ ਇਹ ਤੇਰੇ ਆਣ ਦੀ, ਸੁਲਕ ਦੀ ਇਹ ਅੱਗ ਨੇ ਬੁਝਣਾ ਨਹੀਂ ਹੈ ਦੋਸਤੋ, ਸੁਲਕ ਦੀ ਇਹ ਅੱਗ ਨੇ ਬੁਝਣਾ ਨਹੀਂ ਹੈ ਦੋਸਤੋ, ਇਹ ਲੜਾਈ ਪੁੱਜਣੀ ਹੈ ਯਾਰ ਹੁਣ ਇਨਸਾਨ ਦੀ। ਸ਼ੇਰ ਦੇਖਣਾ ਜੀ, ਮੈਂ ਦੀਵਾਲੀ ਮੰਗਦਾ, ਮੈਂ ਦੀਵਾਲੀ ਮੰਗਦਾ ਜੋ ਸੋਚ ਵਿੱਚ ਲੱਟ ਲੱਟ ਪੜੇ, ਇਹ ਪਲੰਕੇ ਹੀ ਦੀਵਾਲੀ ਦੀਵਿਆਂ ਤੋਂ ਜਾਣਦੀ, ਤੀਰ 'ਤੇ ਤਲਵਾਰ 'ਤੇ ਜਾਂ ਫਿਰ ਖੰਡੇ ਦੀ ਤਾਰ 'ਤੇ, ਤੀਰ 'ਤੇ ਤਲਵਾਰ 'ਤੇ ਜਾਂ ਫਿਰ ਖੰਡੇ ਦੀ ਤਾਰ 'ਤੇ, ਹੌਸਲੇ ਵਿੱਚ ਕੁਝ ਤੂੰ ਰੋਚਣ ਜੰਗ ਦੇ ਮੈਦਾਨ ਦੀ। ਦੂਜੀ ਗੱਲ ਜੀ, ਕੁਝ ਨਹੀਂ ਹਾਸਲ ਹੋਣਾ ਮੰਗਵੇਂ ਚਾਵਾਂ ਤੋਂ, ਕੁਝ ਨਹੀਂ ਹਾਸਲ ਹੋਣਾ ਮੰਗਵੇਂ ਚਾਵਾਂ ਤੋਂ, ਰੱਖ ਬਚਾ ਕੇ ਪੱਲਾ ਯਾਰ ਬੁਲਾਵਾਂ ਤੋਂ, ਰੱਖ ਬਚਾ ਕੇ ਪੱਲਾ ਯਾਰ ਬੁਲਾਵਾਂ ਤੋਂ, ਸਾਡੀ ਯਾਰੀ ਸਾਡੇ ਜਿਹੇ ਫਕੀਰਾਂ ਨਾਲ, ਸਾਡੀ ਯਾਰੀ ਸਾਡੇ ਜਿਹੇ ਫਕੀਰਾਂ ਨਾਲ, ਕੀ ਲੈਣਾ ਹੈ ਵੱਡਿਆਂ ਵੱਡਿਆਂ ਨਾਵਾਂ ਤੋਂ, ਕੀ ਲੈਣਾ ਹੈ ਵੱਡਿਆਂ ਵੱਡਿਆਂ ਨਾਵਾਂ ਤੋਂ, ਰੋਮ ਰੋਮ 'ਚੋਂ ਤੇਰੀ ਖੁਸ਼ਬੂ ਆਉਂਦੀ ਹੈ, ਰੋਮ ਰੋਮ 'ਚੋਂ ਤੇਰੀ ਖੁਸ਼ਬੂ ਆਉਂਦੀ ਹੈ, ਪੁੱਛ ਲੈ ਭਾਵੇਂ ਆਉਂਦੇ ਜਾਂਦੇ ਸਾਹਾਂ ਤੋਂ, ਪੁੱਛ ਲੈ ਆਉਂਦੇ ਜਾਂਦੇ ਸਾਹਾਂ ਤੋਂ, ਪੀਰ ਪੈਗੰਬਰ ਔਲੀਏ ਆਪਣੀ ਜਗ੍ਹਾ ਸਹੀ, ਪੀਰ ਪੈਗੰਬਰ ਔਲੀਏ ਆਪਣੀ ਜਗ੍ਹਾ ਸਹੀ, ਉੱਚਾ ਕੋਈ ਨਹੀਂ ਦਿਸਿਆ ਐ ਪਰਮਾਵਾਂ ਤੋਂ, ਉੱਚਾ ਕੋਈ ਨਹੀਂ ਦਿਸਿਆ ਐ ਪਰਮਾਵਾਂ ਤੋਂ, ਹੱਕ ਸੱਚ ਇਨਸਾਫ ਤੇ ਪਹਿਰਾ ਦੇ ਮਿੱਤਰਾ, ਹੱਕ ਸੱਚ ਇਨਸਾਫ ਤੇ ਪਹਿਰਾ ਦੇ ਮਿੱਤਰਾ, ਭਟਕਣਾ ਕਿਧਰੇ ਜਾਵੀਂ ਇਹਨਾਂ ਰਾਵਾਂ ਤੋਂ, ਭਟਕਣਾ ਕਿਧਰੇ ਜਾਵੀਂ ਇਹਨਾਂ ਰਾਵਾਂ। ਅਗਲੀ ਗੱਲ, ਮਿੱਤਰਾਚਾਰੀ ਦੇ ਵਿੱਚ ਗੱਲਾਂ ਹੋਣਗੀਆਂ, ਮਿੱਤਰਾਚਾਰੀ ਦੇ ਵਿੱਚ ਗੱਲਾਂ ਹੋਣਗੀਆਂ, ਭੁੱਬਾਂ ਮਾਰ ਕਿਤਾਬਾਂ ਤੈਨੂੰ ਰੋਣਗੀਆਂ, ਕਵਿਤਾ ਗਜ਼ਲਾਂ ਗੀਤ ਮਸੋਸੇ ਜਾਵਣਗੇ, ਕਵਿਤਾ ਗਜ਼ਲਾਂ ਗੀਤ ਮਸੋਸੇ ਜਾਵਣਗੇ, ਰੜੀਆਂ ਅੱਖੀਆਂ ਰੱਤ ਦੇ ਅੱਥਰੂ ਚੋਣਗੀਆਂ, ਜਿਸ ਨਾਲ ਨਜ਼ਰ ਮਿਲਾਵੇਂ ਤੇਰਾ ਹੋ ਜਾਂਦਾ, ਜਿਸ ਨਾਲ ਨਜ਼ਰ ਮਿਲਾਵੇਂ ਤੇਰਾ ਹੋ ਜਾਂਦਾ, ਰਾਖ ਹੋਣ 'ਤੇ ਕਿਸ ਦੇ ਦਿਲ ਨੂੰ ਰੋਣਗੀਆਂ, ਕੁੱਖਾਂ ਦੇ ਵਿੱਚ ਵੋਟਾਂ ਦਾ ਇਹ ਘਾਤ ਕਰਨ, ਕੁੱਖਾਂ ਦੇ ਵਿੱਚ ਵੋਟਾਂ ਦਾ ਇਹ ਘਾਤ ਕਰਨ, ਸੋਚਿਆ ਨਹੀਂ ਸੀ ਇੰਜ ਦੀਆਂ ਮਾਵਾਂ ਹੋਣਗੀਆਂ, ਧਰਤੀ ਮਾਂ ਦੇ ਸਿਰ 'ਤੇ ਇੱਕ ਨਾ ਵਾਲ ਰਿਹਾ, ਧਰਤੀ ਮਾਂ ਦੇ ਸਿਰ 'ਤੇ ਇੱਕ ਨਾ ਵਾਲ ਰਿਹਾ, ਰੁੱਖਾਂ ਬਾਜ ਭਲਾ ਕਿ ਛਾਵਾਂ ਹੋਣਗੀਆਂ, ਪਰ ਵਗ ਦੇ ਦਰਿਆ ਤਾਂ ਸਹਿਰਾ ਹੋ ਚੱਲੇ, ਪਰ ਵਗ ਦੇ ਦਰਿਆ ਤਾਂ ਸਹਿਰਾ ਹੋ ਚੱਲੇ, ਕਿਹੜੇ ਕੰਢੇ ਸਾਗਰ ਛੱਲਾਂ ਛੋਣਗੀਆਂ, ਜੀਂਦੇ ਜੀ ਜੋ ਜਿੰਦਾਂ ਤੇਰੀਆਂ ਨਾ ਹੋਈਆਂ, ਜੀਂਦੇ ਜੀ ਜੋ ਜਿੰਦਾਂ ਤੇਰੀਆਂ ਨਾ ਹੋਈਆਂ, ਤੇਰੇ ਪਿੱਛੋਂ ਮਲਮਲ ਬੁੱਤਾਂ ਤੁਰਨਗੀਆਂ, ਤੇਰੇ ਪਿੱਛੋਂ ਮਲਮਲ ਬੁੱਤਾਂ ਤੁਰਨਗੀਆਂ। ਬਾਣੀਆਂ 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 ਕੋਈ ਜ਼ਾਤ ਨਹੀਂ ਹੁੰਦੀ, ਬਾਣੀਆਂ ਬੁੱਧੀ ਹੁੰਦੀ ਹੈ, ਬਾਣੀਆਂ ਕੋਈ ਜ਼ਾਤ ਨਹੀਂ ਹੁੰਦੀ, ਬਾਣੀਆਂ ਬੁੱਧੀ ਹੁੰਦੀ ਹੈ, ਇਹ ਵਿਵੇਕ ਨਾਲ ਨਹੀਂ ਤੁਰਦੀ, ਗਰਜਿਆਂ ਸੰਗ ਬੱਧੀ ਹੁੰਦੀ ਹੈ। ਗਾਂਧੀ ਗਾਂਧੀ ਬਾਣੀਆਂ ਹੋ ਕੇ ਵੀ ਬਾਣੀਆਂ ਨਹੀਂ ਸੀ, ਗਾਂਧੀ ਬਾਣੀਆਂ ਹੋ ਕੇ ਵੀ ਬਾਣੀਆਂ ਨਹੀਂ ਸੀ, ਸੂਤ ਕੱਤਦਾ ਸੀ ਪਰ ਜਲਾਹਾ ਨਹੀਂ ਸੀ, ਬੱਕਰੀ ਪਾਲਦਾ ਸੀ ਪਰ ਚਰਵਾਹਾ ਨਹੀਂ ਸੀ। ਅੱਜ ਕੱਲ੍ਹ ਸਾਡੇ ਸਮਿਆਂ ਦਾ ਇੱਕ ਵੇਦ ਵਿਆਸ ਆਪਣੇ ਆਪ ਨੂੰ ਖੱਤਰੀ ਸਦਵਾਉਂਦਾ ਹੈ, ਸੌ ਗੰਢੇ ਵੀ ਖਾ ਲੈਂਦਾ ਹੈ ਅਤੇ ਸੌ ਛਿੱਤਰ ਵੀ, ਪਰ ਇੱਕ ਦਸਾਂ ਦੇ ਅੱਧੋ ਰਾਣੇ ਨੋਟ ਨੂੰ ਖਰਚਣ ਬਦਲੇ ਮਾਨੋ ਮਰ ਮੁੱਕ ਹੀ ਜਾਂਦਾ ਹੈ, ਸਮਝ ਕੇ ਵੀ ਨਹੀਂ ਸਮਝਦਾ ਕਿ ਨੋਟ ਤਾਂ ਖਰਚਣ ਲਈ ਹੀ ਹੁੰਦੇ ਨੇ ਜਾਂ ਫਿਰ ਦਾਨ ਦੱਖਣਾ ਲਈ, ਤਾਂ ਇਸ ਸੱਚ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਕਿ ਬਾਣੀਆਂ ਕੋਈ ਜ਼ਾਤ ਨਹੀਂ ਹੁੰਦੀ, ਬਾਣੀਆਂ ਬੁੱਧੀ ਹੁੰਦੀ। ਮਰਦਮਸ਼ੁਮਾਰੀ ਮਰਦਮਸ਼ੁਮਾਰੀ ਕਵਿਤਾ ਜੀ, ਸੂਹੇ ਅੰਬਰ ਦਾ ਰਚਨਹਾਰ ਉਦਾਸ,
ਸੂਹੇ ਅੰਬਰ ਦਾ ਰਤਨਹਾਰ ਉਦਾਸ ਹੈ ਗਮਗੀਨ ਤੇ ਚਿੰਤਾਤੁਰ ਇਹ ਸੋਚ ਕੇ ਕਿ ਲਾਲ ਪੰਛੀਆਂ ਦੀ ਪ੍ਰਜਾਤੀ ਅਲੋਪ ਹੋ ਰਹੀ ਹੈ। ਰੱਖਾਂ ਦੇ ਰਖਵਾਲੇ ਹੋਮੇ ਮਾਰੇ ਆਪਾ ਆਪਣਾ ਆਪਾ ਪੜਚੋਲਣ ਤੋਂ ਕੰਨੀ ਕਤਰਾਉਂਦੇ 5 ਸਾਲ ਬਾਅਦ ਬਸ ਮਰਦੋ ਸ਼ੁਮਾਰੀ ਕਰਦੇ ਨੇ ਇਹ ਦੇਖਣ ਲਈ ਕਿ ਕਿੰਨੇ ਕੁ ਬਾਕੀ ਬਚੇ ਨੇ ਲਾਲ ਪੰਛੀ। ਪੰਛੀ ਜੋ ਲੱਖਾਂ ਹਜ਼ਾਰਾਂ 'ਚ ਸਨ ਹੁਣ ਬਸ ਨਿਮੂਣੀਆਂ ਡਾਰਾਂ 'ਚ ਨੇ। ਰੱਖਾਂ ਦੇ ਰਖਵਾਲੇ ਧਰ ਕੇ ਹੱਥ ਤੇ ਹੱਥ ਅਗਲੀ ਮਰਦ ਸ਼ੁਮਾਰੀ ਦੀ ਕਰਦੇ ਨੇ ਉਡੀਕ। ਇਹ ਸੂਹੇ ਅੰਬਰ ਦੇ ਰਚਨਾਹਾਰ ਤੂੰ ਉਦਾਸ ਨਾ ਹੋ, ਤੂੰ ਦੇਖੀ ਇੱਕ ਦਿਨ ਲਾਲ ਪੰਛੀ ਆਪਣੀ ਰਾਖ 'ਚੋਂ ਫਿਰ ਉਦੈ ਹੋਣਗੇ, ਕਿਸੇ ਸੂਹੀ ਸੁਲੱਖਣੀ ਸਵੇਰ ਨੂੰ ਪੂਰੇ ਅੰਬਰ 'ਤੇ ਛਾ ਜਾਣਗੇ ਅਤੇ ਆਪਣੀ ਮਰਦ ਸ਼ੁਮਾਰੀ ਆਪ ਕਰਨਗੇ। ਬਹੁਤ ਬੜੇ 3 ਲਘੂ ਕਵਿਤਾਵਾਂ ਪੇਸ਼ ਕਰ ਰਿਹਾ। ਪਹਿਲੀ ਹੈ ਆਠਵੀਂ ਸਿਆਹੀ। ਮੈਂ ਉਹਨਾਂ ਦੀਆਂ ਵਾਹੀਆਂ ਲਕੀਰਾਂ ਇੱਕ ਪਲ 'ਚ ਮਿਟਾ ਸਕਦਾ ਹਾਂ ਪਰ ਨਹੀਂ ਖਿੱਚ ਸਕਦਾ ਕੋਈ ਲੰਮੀ ਲਕੀਰ, ਮੈਂ ਤਾਂ ਕਰਮ ਦੀ ਲੋਕ 'ਤੇ ਆਠਵੀਂ ਹੋਈ ਸਿਆਹੀ ਹਾਂ। ਘੋੜਿਆਂ ਵਾਲੇ ਸ਼ਾਹ ਸਵਾਰ ਬੜੇ ਗਰੂਰ ਵਿੱਚ ਆਏ ਸੀ ਬਰੂਦ ਨੂੰ ਪਲੀਤੀ ਲਾਉਣ, ਪਲੀਤੀ ਤਾਂ ਉਹ ਲਾ ਗਏ ਪਰ ਹੁਣ ਅੰਨੇ ਰੋਕੇ ਘਰਾਂ ਨੂੰ ਪਰਤ ਰਹੇ ਨੇ। ਤੀਸਰੀ ਹੈ ਜੀ ਉੱਲੂ। ਉਹ ਸਾਰੀ ਰਾਤ ਜਾਗਦੇ ਅਤੇ ਸੂਹੀ ਸਵੇਰ ਦੀਆਂ ਬਾਤਾਂ ਪਾਉਂਦੇ, ਹਨੇਰ ਢਾਉਂਦੇ ਰਹੇ, ਜਦ ਪਹੁ ਫੁੱਟਣ ਲੱਗੀ ਤਾਂ ਸੌ ਗਏ। ਲੱਗਦਾ ਆਥਣੇ ਜਿਹੇ ਫਿਰ ਉੱਠਣਗੇ, ਇੱਕ ਦੂਜੇ ਉੱਪਰ ਤੋਹਮਤਾਂ ਦੀ ਵਾਛੜ ਕਰਨਗੇ ਅਤੇ ਫਿਰ ਤਿਆਰੀ ਕਰਨਗੇ ਹਨੇਰਾ ਢਾਉਣ ਦੀ। ਮੋਹ ਵਿੱਚ ਲਵਰੇਜ ਜਿਹੇ ਹਰਫਾਂ ਦੀ ਛਾਂ ਹੋਵੇ, ਤੇਰੇ ਮੇਰੇ ਰਿਸ਼ਤੇ ਦਾ ਕੋਈ ਤਾਂ ਨਾ ਹੋਵੇ। ਕੋਈ ਵਹਿਣ ਵਗੇ ਕਿਧਰੇ ਧਰਤੀ ਦੇ ਸੀਨੇ 'ਤੇ, ਤੂੰ ਨਾ ਆਪਣਾ ਉਤਰੇ ਮੇਰੇ ਦਿਲ ਪਸ਼ਮੀਨੇ 'ਤੇ, ਫਿਰ ਸਿਦਕੀ ਘੜਿਆਂ ਸੰਗ ਸੋਹਣੀ ਤਿੱਚ ਨਾ ਹੋਵੇ, ਤੇਰੇ ਮੇਰੇ ਰਿਸ਼ਤੇ ਦਾ ਕੋਈ ਕੋਈ ਤਾਂ ਨਾ ਹੋਵੇ। ਜਿਹੜੀ ਰਾਤ ਗਈ ਰੋ ਕੇ ਬਸ ਆਸ ਵੀ ਹੋਣੀ ਸੀ, ਤੂੰ ਐਵੇਂ ਰੁਸ ਤੁਰ ਗਈ ਉਹ ਤਾਂ ਗੱਲ ਨਿਭਾਉਣੀ ਸੀ, ਸਾਹਾਂ 'ਚੋਂ ਛਾਂਡੇ ਸਾਨੂੰ ਕੱਲ੍ਹ ਦਿਲ ਤੋਂ ਪਰਾਂ ਹੋਵੇ, ਤੇਰੇ ਮੇਰੇ ਰਿਸ਼ਤੇ ਦਾ ਕੋਈ ਤਾਂ ਨਾ ਹੋਵੇ। ਤੇਰੇ ਵਸਲ ਨਸੀਬ ਹੋਵੇ ਆਉਂਦੀ ਪ੍ਰਭਾਤੀ ਨੂੰ, ਝੱਟ ਹੀ ਅਪਣਾ ਲੈਣਾ ਮੈਂ ਉਸ ਹਯਾਤੀ ਨੂੰ, ਹਰ ਸਾਹ ਦੇ ਵਿੱਚ ਘੁਲਦਾ ਤੇਰਾ ਹੀ ਨਾ ਹੋਵੇ, ਤੇਰੇ ਮੇਰੇ ਰਿਸ਼ਤੇ ਦਾ ਕੋਈ ਤਾਂ ਨਾ ਹੋਵੇ। ਮੈਂ ਸੁਪਨ ਬਗੀਚੀ ਵਿੱਚ ਬੁਲਬੁਲ ਦਾ ਸੰਗੀਤ ਸੁਣੇ, ਅੱਜ ਦੀ ਫੁਲਕਾਰੀ ਨੂੰ ਆ ਕੇ ਅਤੀਤ ਹੁਣੇ, ਸਿਰੋਂ ਪਾਣੀ ਵਾਰਨ ਲਈ ਬੂਹੇ 'ਤੇ ਮਾਂ ਹੋਵੇ, ਤੇਰੇ ਮੇਰੇ ਰਿਸ਼ਤੇ ਦਾ ਕੋਈ ਤਾਂ ਨਾ ਹੋਵੇ। ਸਾਥੀਓ, ਤਰਲੋਚਨ ਝੰਡੇ ਦੀਆਂ ਕਾਵਿ ਰਚਨਾਵਾਂ ਅਸੀਂ ਸੁਣੀਆਂ। ਤਰਲੋਚਨ ਬਹੁਤ ਘੱਟ ਲਿਖਣ ਵਾਲਿਆਂ 'ਚੋਂ ਹੈ, ਕਦੇ ਕਦਾਈ ਜਿਵੇਂ ਕਹਿੰਦੇ ਕਿ ਮਨ ਦੇ ਵਿੱਚੋਂ ਆਪਣੇ ਆਪ ਵਲਵਲਾ ਜਜ਼ਬਾਤ ਉੱਠਦੇ ਆ ਤਾਂ ਉਹ ਸ਼ਾਇਰੀ ਕਰ ਲੈਂਦਾ, ਮਤਲਬ ਸ਼ਾਇਰੀ ਨਾਲ ਉਹਦਾ ਇੱਕ ਅਜੀਬ ਕਿਸਮ ਦਾ ਨੇੜੇ ਅਤੇ ਦੂਰ ਵਾਲਾ ਰਿਸ਼ਤਾ ਹੈ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਸ ਮਿੱਤਰ ਦੇ ਨਾਲ ਇਹਦੀ ਰਚਨਾ ਪ੍ਰਕਿਰਿਆ ਨਾਲ ਜੁੜਨ ਦਾ ਮੌਕਾ ਮਿਲਦਾ ਰਿਹਾ। ਅੱਜ ਜਿਹੜੀਆਂ ਰਚਨਾਵਾਂ ਅਸੀਂ ਪੜ੍ਹੀਆਂ ਸੁਣੀਆਂ ਇਹਨਾਂ ਦੇ ਪੜ੍ਹੀਆਂ ਇੱਥੇ, ਅਤੇ ਉਹਨਾਂ 'ਚੋਂ ਇੱਕ ਗੱਲ ਜਿਹੜੀ ਹੈ ਬਹੁਤ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਵਕਤ ਪੰਜਾਬੀ ਦੇ ਵਿੱਚ ਸਭ ਤੋਂ ਜਿਹੜੀਆਂ ਕਵਿਤਾ ਦੀਆਂ 3 ਰੂਪ ਹੈ, ਨਜ਼ਮ, ਗਜ਼ਲ ਅਤੇ ਗੀਤ। ਗੀਤ ਮੁਕਾਬਲਤਨ ਪੰਜਾਬੀ 'ਚ ਕਾਫੀ ਘੱਟ ਲਿਖਿਆ ਜਾ ਰਿਹਾ ਅਤੇ ਉਹ ਸਿਰਫ ਗਾਇਕਾਂ ਦੇ ਢਹਿ ਚੜ੍ਹੇ ਹੋਏ ਬਹੁਤ ਮਾੜੇ ਪੱਧਰ ਦੇ ਗਾਣਿਆਂ ਤੱਕ ਸੀਮਿਤ ਹੋ ਗਿਆ, ਪਰ ਕਦੇ ਕਦੇ ਸਾਹਿਤਕ ਗੀਤਕਾਰੀ ਦੇ ਨਮੂਨੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਆ। ਝਾਂਡੇ ਨੇ ਇਹਨਾਂ 5-6 ਰਚਨਾਵਾਂ ਜਿਹੜੀਆਂ ਸਾਡੇ ਸਾਹਮਣੇ ਉਹਨਾਂ ਨੇ ਪੜ੍ਹੀਆਂ,
ਉਹਨਾਂ ਕੇ ਤਿੰਨੇ ਚੀਜ਼ਾਂ ਦੇ ਦੀਦਾਰ ਹੁੰਦੇ ਆ ਸਾਨੂੰ, ਔਰ ਤਿੰਨਾਂ ਦਾ ਪੰਜਾਬੀ ਦੀ ਜਿਹੜੀ ਪ੍ਰਚਲਿਤ ਕਾਵ ਦੀ ਧਾਰਾ ਚੱਲ ਰਹੀ ਉਹਨਾਂ ਦੇ ਨਾਲ ਬਹੁਤ ਨੇੜਲਾ ਸੰਬੰਧ ਹੈ। ਮਸਲਨ ਜਿਹੜੀ ਉਹਨਾਂ ਦੀ ਕਵਿਤਾ ਹੈ ਉਹ ਪੰਜਾਬੀ ਦੀ ਉਸ ਗੂੜ ਪਰੰਪਰਾ ਦੀ ਕਵਿਤਾ ਹੈ ਜਿਹਦੇ ਵਿੱਚ ਕਿਸੇ ਵੀ ਗੱਲ ਨੂੰ ਬਹੁਤ ਨਿੱਠ ਕੇ ਵਿਚਾਰਧਾਰਕ ਨੁਕਤੇ ਤੋਂ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਉਹਦੀ ਕਵਿਤਾ ਹੈ ਬਾਣੀਆਂ, ਬਾਣੀਆਂ ਉਸ ਪੰਜਾਬੀ ਮਨੁੱਖ ਦੇ ਬਾਰੇ ਇੱਕ ਖਾਸ ਨਜ਼ਰੀਏ ਤੋਂ, ਉਸ ਨਜ਼ਰੀਏ ਤੋਂ ਜਿਹੜਾ ਮਾਇਆ ਨੂੰ, ਪੂੰਜੀ ਨੂੰ, ਬੰਦੇ ਦੀ ਨਿੱਜੀ ਜਾਇਦਾਦ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਬਹੁਤ ਬੰਦੇ ਨੂੰ ਕਮੀਨਾ ਬਣਾ ਦੇਣ ਵਾਲੀ ਅਰਥਾਂ ਦੇ ਵਿੱਚ ਜਾਂ ਦ੍ਰਿਸ਼ਟੀ ਨਾਲ ਦੇਖਦਾ ਹੈ, ਅਤੇ ਉਹ ਹਰ ਬੰਦੇ ਨੂੰ ਬਾਣੀਆਂ ਬਣਾ ਦੇਣ ਦਿੰਦੀ ਹੈ। ਜਿਹੜੀ ਬਿਰਤੀ ਉਹ ਹੈ ਇਹਦੇ ਪਿੱਛੇ ਕੰਮ ਕਰ ਰਹੀ। ਇਸ ਤੋਂ ਅਗਲੀ ਨਜ਼ਮ ਜਿਹੜੀ ਉਹਨਾਂ ਨੇ ਸੁਣੀ ਅਸੀਂ, ਮਰਦਮ ਸ਼ੁਮਾਰ, ਬਹੁਤ ਖੂਬਸੂਰਤ ਨਜ਼ਮ ਹੈ ਕਿ ਕਿਵੇਂ ਭਾਰਤ ਦੀ ਪ੍ਰੋਗਰੈਸਿਵ ਪ੍ਰਗਤੀਸ਼ੀਲ ਮੂਵਮੈਂਟ ਜਿਹੜੀ ਹੈ, ਲੋਕ ਜਿਹੜੇ ਆ ਉਹ ਦਿਨ ਬ ਦਿਨ ਘੱਟ ਹੁੰਦੇ ਗਏ ਅਤੇ ਹੁਣ ਹੌਲੀ ਹੌਲੀ ਉਹ ਇੱਕ ਤਰ੍ਹਾਂ ਨਾਲ ਹਾਸ਼ਕੇ 'ਤੇ ਚਲੇ ਗਏ। ਉਹਨਾਂ ਦਾ ਹਾਸ਼ਕੇ 'ਤੇ ਜਾਣਾ ਪੂਰੇ ਦੇਸ਼ ਦੀ ਆਮ ਜਨਤਾ ਦਾ ਰਸਾਤਲ ਵੱਲ ਨੂੰ, ਬਹੁਤ ਨਿਵਾਣ ਵੱਲ ਨੂੰ ਚਲੇ ਜਾਣਾ, ਅਤੇ ਉਹਦਾ ਨਮੂਨਾ ਜਿਹੜਾ ਅਸੀਂ ਅੱਜ ਦੇਖ ਰਹੇ ਹਾਂ। ਔਰ ਇਸ ਕਵਿਤਾ ਦੀ ਖੂਬਸੂਰਤੀ ਇਹ ਆ ਕਿ ਇੱਕੋ ਸਮੇਂ 'ਤੇ ਉਸ ਧਿਰ ਨੂੰ ਘਾਟੇ ਵੱਲ ਜਾਂਦੇ ਆ ਦਿਨੋਂ ਦਿਨ ਘੱਟਦੇ ਹੋਏ, ਅਤੇ ਦੂਜੇ ਬੰਨੇ ਜਿਹੜੀ ਵੱਧ ਰਹੀ ਧਿਰ ਹੈ ਉਹ ਮਹਿਜ ਮਰਦਮਸ਼ੁਮਾਰੀ ਤੱਕ, ਅੰਕੜਿਆਂ ਤੱਕ ਮਨੁੱਖ ਨੂੰ ਘਟਾ ਦੇਣ ਦੀ ਜਿਹੜੀ ਵਰਤੀ ਆ ਉਹਦੇ ਬਾਰੇ ਗੱਲ ਕਰਦੀ ਹੈ। ਔਰ ਇਹਦੀ ਖੂਬਸੂਰਤੀ ਇਸ ਕਵਿਤਾ ਦੀ ਇਹ ਕਿ ਸਿੱਧਾ ਜਿਹੜਾ ਹੈ ਉਹ ਪ੍ਰਵਚਨ ਨਹੀਂ ਕਰ ਰਹੀ ਕਵਿਤਾ, ਸਿੱਧੀ ਗੱਲ ਨਹੀਂ ਕਰ ਰਹੀ, ਉਹਨੂੰ ਬਹੁਤ ਖੂਬਸੂਰਤੀ ਦੇ ਨਾਲ ਇੱਕ ਕਾਵ ਬਿੰਬ 'ਚ ਢਾਲ ਰਹੀ ਹੈ। ਰੱਖ ਦੇ ਵਿੱਚ ਆਉਣ ਵਾਲੇ ਪੰਛੀਆਂ ਦੀ ਗਿਣਤੀ ਦਾ ਘੱਟ ਜਾਣਾ ਵੀ ਕਿਵੇਂ ਹੌਲੀ ਹੌਲੀ, ਇਹ ਤੀਜਾ ਇਹਦਾ ਪਸਾਰ ਹੈ, ਤੀਜੀ ਇੱਕ ਗੱਲ ਹੈ ਵੀ ਇਸ ਇੱਥੇ ਲਾਲ ਜਿਹੜੇ ਸੋਚ ਵਾਲੇ ਵਿਅਕਤੀ ਨਹੀਂ ਘੱਟ ਰਹੇ, ਸਾਡੇ ਸ਼ੰਭਾਂ ਦੇ ਵਿੱਚੋਂ ਇਹ ਖੂਬਸੂਰਤ ਜਿਹੜੀ ਹੁਲਾਰਾ ਦੇਣ ਵਾਲੇ ਪੰਛੀ ਹੈ ਉਹ ਵੀ ਘੱਟ ਰਹੇ। ਮਤਲਬ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੋਨਾਂ ਦਾ ਹੌਲੀ ਹੌਲੀ ਨਿਗਾਰ ਹੋ। ਇਹ ਬਹੁਤ ਗਹਿਰੇ ਅਰਥਾਂ 'ਤੇ ਗੰਭੀਰ ਕਵਿਤਾ ਹੈ। ਗਜ਼ਲ ਜਿਹੜੀ ਹੈ ਪੰਜਾਬੀ ਦੀ, ਉਹਨੇ ਗੀਤ ਦੀ ਭਾਵਕਤਾ, ਗੀਤ ਦੀ ਤਰਲਤਾ ਅਤੇ ਨਜ਼ਮ ਦੇ ਇਸ ਬੁੱਧ ਪੁਣੇ ਦੇ ਵਿੱਚ ਇੱਕ ਜੋੜ ਦਾ ਕੰਮ ਕੀਤਾ। ਉਹ ਇਹਨਾਂ ਦੋਨਾਂ ਦੇ ਇਸ ਦੋਵਾਂ ਚੀਜ਼ਾਂ ਨੂੰ ਇੱਕ ਥਾਂ 'ਤੇ ਇਕੱਠਿਆਂ ਕਰਦੀ ਹੈ। ਝਾਂਡੇ ਨੇ ਜਿਹੜੀ ਇੱਥੇ ਪੜ੍ਹੀਆਂ ਗਜ਼ਲਾਂ ਉਹਨਾਂ ਦੇ ਵਿੱਚ ਇਹ ਬਹੁਤ ਖੂਬਸੂਰਤੀ ਨਾਲ ਦੇਖਿਆ ਜਾ ਸਕਦਾ ਹੈ। ਇਹ ਗੱਲ ਗੀਤ ਅਤੇ ਗਜ਼ਲ ਨੂੰ ਜੋੜਨ ਵਾਲੀ ਉਹਨਾਂ ਦੀ ਪਹਿਲੀ ਗਜ਼ਲ ਹੈ ਜਿਹੜੀ ਖਾਸ ਉਦਾਸੀ ਪੈਦਾ ਕਰਨ ਵਾਲੀ ਛਿਣ ਤੋਂ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਵਿਸਥਾਰ ਕਰਦੀ ਉਹ ਗਜ਼ਲ ਯੁੱਧ ਦੇ ਹੌਸਲੇ ਵਿੱਚ ਔਰ ਇੱਕ ਪੂਰੇ ਦੀ ਪੂਰੀ ਜੱਦੋ ਜਹਿਦ ਦੇ ਅਹਿਦ ਤੱਕ ਪਹੁੰਚਦੀ ਹੈ। ਗੀਤ ਜਿਵੇਂ ਮੈਂ ਕਿਹਾ ਕਿ ਗੀਤ ਦੇ ਵਿੱਚ ਇੱਕ ਤਰਲਤਾ, ਇੱਕ ਸਾਦਗੀ, ਇੱਕ ਭਾਵਕਤਾ ਹੁੰਦੀ ਹੈ, ਉਹ ਇਸ ਗੀਤ ਵਿੱਚੋਂ ਸਾਨੂੰ ਸਪਸ਼ਟ ਨਜ਼ਰ ਆਉਂਦੀ ਹੈ। ਸੋ ਮੈਂ ਕਹਿ ਸਕਦਾ ਕਿ ਤਰਲੋਚਨ ਝਾਂਡੇ ਦੀ ਇਹ ਸ਼ਾਇਰੀ ਇੱਕ ਅੱਛੇ ਪੁਖਤਾ ਸ਼ਾਇਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲੀ ਸ਼ਾਇਰੀ ਹੈ ਅਤੇ ਬੜੀ ਖੂਬਸੂਰਤੀ ਦੇ ਨਾਲ ਆਨੰਦ ਪ੍ਰਦਾਨ ਕਰਨ ਵਾਲੀ ਸ਼ਾਇਰੀ ਵੀ ਹੈ। ਬਹੁਤ ਬਹੁਤ ਧੰਨਵਾਦ।